ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਪੰਜਾਬ ਦਾ ਸਿਹਤ ਵਿਭਾਗ ਚੌਕਸ ਹੋ ਗਿਆ ਔਰ ਇਸ ਦੇ ਚਲਦਿਆਂ ਹਲਵਾਈਆਂ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਤਰ੍ਹਾਂ ਤਰ੍ਹਾਂ ਦੀਆਂ ਸਵਾਦਿਸ਼ਟ ਮਠਿਆਈਆਂ ਵੇਖ ਕੇ ਤੁਹਾਡਾ ਵੀ ਦਿਲ ਜ਼ਰੂਰ ਲਲਚਾ ਗਿਆ ਹੋਣਾ, ਪਰ ਜ਼ਰਾ ਧਿਆਨ ਨਾਲ, ਕਿਉਂਕਿ ਤਿਉਹਾਰਾਂ ਦਾ ਸੀਜ਼ਨ ਹੈ ਤੇ ਅਜਿਹੇ 'ਚ ਮਿਲਾਵਟੀ ਤੇ ਨਕਲੀ ਅਤੇ ਮਿਆਦ ਪੁੱਗ ਚੁੱਕੀਆਂ ਮਠਿਆਈਆਂ ਦਾ ਕਾਲਾ ਕਾਰੋਬਾਰ ਵੀ ਹੋਵੇਗਾ। ਇਸੇ ਲਈ ਸਿਹਤ ਵਿਭਾਗ ਵੀ ਚੌਕਸ ਹੋ ਚੁੱਕਿਆ। ਸਿਹਤ ਵਿਭਾਗ ਨੇ ਹਦਾਇਤਾਂ ਜਾਰੀ ਕਰ ਦਿੱਤੀਆਂ ਅਤੇ ਕਿਹਾ ਹੈ ਕਿ ਖਾਦ ਪਦਾਰਥਾਂ ਨੂੰ ਉਪਲਬਧ ਕਰਵਾਉਣ ਵਾਲੇ ਫੂਡ ਬਿਜ਼ਨਸ ਆਪਰੇਟਰ ਜੋ ਮਠਿਆਈਆਂ ਦੇ ਨਾਲ ਸੰਬੰਧਿਤ ਨੇ, ਉਹਨਾਂ ਨੂੰ 1 ਅਕਤੂਬਰ ਤੋਂ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ। ਪੰਜਾਬ ਸਰਕਾਰ ਦੇ ਆਰਡਰਾਂ ਦੇ ਮੁਤਾਬਕ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ 1 ਅਕਤੂਬਰ ਤੋਂ ਜਿੰਨੇ ਵੀ ਫੂਡ ਬਿਜ਼ਨਸ ਆਪਰੇਟਰ ਹੈਗੇ ਆ, ਸਪੈਸ਼ਲੀ ਜੋ ਮਠਿਆਈਆਂ ਸੇਲ ਕਰਦੇ ਆ, ਖੁੱਲ੍ਹੀ ਆ ਜਾਂ ਡੱਬੇ 'ਚ ਪੈਕ ਕਰਦੇ ਆ, ਉਹਨਾਂ ਲਈ ਇਹ ਜ਼ਰੂਰੀ ਹੋ ਜਾਵੇਗਾ 1 ਅਕਤੂਬਰ ਤੋਂ ਕਿ ਉਹਨਾਂ ਨੂੰ ਆਪਣਾ ਬੈਸਟ ਬਿਫੋਰ ਡੇਟ ਜਿਹੜੀ ਆ ਉਹ ਮੈਨਸ਼ਨ ਕਰਨੀ ਪਊਗੀ। ਉਹ ਆਪਣੇ ਨਾਲ ਲੱਗਦਾ ਮੈਨਸ਼ਨ ਕਰਨਗੇ ਕਿ ਕਦੋਂ ਇਹਨੂੰ ਤਿਆਰ ਕੀਤਾ ਗਿਆ ਅਤੇ ਕਦੋਂ ਤੱਕ ਇਹਦੀ ਗੁਣਵੱਤਾ ਬਣੀ ਰਹੇਗੀ, ਕਿਉਂਕਿ ਇਹ ਦੇਖਿਆ ਗਿਆ ਕਿ ਜਿਹੜੀਆਂ ਮਠਿਆਈਆਂ ਆ ਜਦੋਂ ਉਹਨਾਂ ਦਾ ਕੁਛ ਟਾਈਮ ਪਾਸ ਹੋ ਜਾਂਦਾ ਅਤੇ ਉਹਨਾਂ ਦੇ ਵਿੱਚ ਬੈਕਟੀਰੀਆ, ਫੰਗਸ ਅਤੇ ਹੋਰ ਕਈ ਤਰ੍ਹਾਂ ਦੇ ਮਾਈਕਰੋ ਔਰਗੈਨਿਜ਼ਮ ਮਤਲਬ ਡਿਵੈਲਪ ਹੋ ਜਾਂਦੇ ਆ। ਜੇ ਉਹਨਾਂ ਨੂੰ ਉਸ ਟਾਈਮ ਤੋਂ ਬਾਅਦ ਕੰਜ਼ਿਊਮ ਕੀਤਾ ਜਾਵੇ ਤਾਂ ਉਹ ਮਤਲਬ ਹੈਲਥ ਦੇ ਇਲ ਇਫੈਕਟ ਆਪਣੇ ਸ਼ੋ ਕਰਦੇ ਆ। ਤਾਂ ਕੀ ਕੁਝ ਹਦਾਇਤਾਂ ਨੇ ਦੱਸਦੇ ਆ ਤੁਹਾਨੂੰ, ਟਰੇ 'ਚ ਰੱਖੀਆਂ ਮਠਿਆਈਆਂ ਨੂੰ ਖਾਣ ਯੋਗ ਦਰਸਾਉਣਾ ਲਾਜ਼ਮੀ ਹੋਵੇਗਾ। ਸਥਾਨਕ ਹਾਲਾਤਾਂ ਮੁਤਾਬਕ ਤਾਪਮਾਨ ਅਤੇ ਨਮੀ ਚੈੱਕ ਕਰਨੀ ਹੋਵੇਗੀ। ਅੰਦਾਜ਼ਨ ਬੈਸਟ ਸ਼ੈਲਫ ਲਾਈਫ ਵਿਭਾਗੀ ਵੈਬਸਾਈਟ ਤੇ ਉਪਲਬਧ ਹੋਵੇਗੀ। ਮਠਿਆਈ ਤੇ ਮਿਆਦ ਪੁੱਗਣ ਦੀ ਤਰੀਕ ਲਿਖਣੀ ਲਾਜ਼ਮੀ ਹੋਵੇਗੀ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮਠਿਆਈ ਬਣਾਉਣ ਤੇ ਵੇਚਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਇਹਨਾਂ ਹਦਾਇਤਾਂ ਦੀ ਇਨ ਬਿਨ ਪਾਲਣਾ ਕਰਨਾ ਜ਼ਰੂਰੀ ਹੋਵੇਗਾ ਤੇ ਜੇਕਰ ਕੋਈ ਕੁਤਾਹੀ ਵਰਤੇਗਾ ਤਾਂ ਉਸ ਤੇ ਸਖ਼ਤ ਕਾਰਵਾਈ ਵੀ ਹੋਵੇਗੀ। ਫੂਡ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਦੇਖੀ ਜਾਊਗੀ, ਉਹਦੇ ਸ਼ੌਪ ਦੇ ਅੰਦਰ ਕਲੀਨਲੀਨੈਸ ਦੇਖੀ ਜਾਊਗੀ। ਅਗਰ ਉਹ ਨਹੀਂ ਮਤਲਬ ਹੈਗਾ ਵਧੀਆ ਢੰਗ ਨਾਲ ਕੀਤਾ ਹੋਇਆ ਉਹਨੇ, ਫਿਰ ਉਹਦਾ ਉਸੇ ਟਾਈਮ 'ਤੇ ਆਪਾਂ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਕੈਂਸਲ ਕਰਾਂਗੇ, ਉਹਦੇ ਤੋਂ ਉਹਨੂੰ ਨੋਟਿਸ ਕੱਢਾਂਗੇ। ਅਗਰ ਫਿਰ ਵੀ ਉਹ ਆਪਣੀ ਮਤਲਬ ਕੁਆਲਿਟੀ ਸੁਧਾਰ ਨਹੀਂ ਲਿਆਉਂਦਾ ਔਰ ਬੈਸਟ ਬਿਫੋਰ ਨਹੀਂ ਲਿਖਦਾ ਉਹਦੇ 'ਤੇ ਆਪਣੇ ਕੀ ਮਠਿਆਈ ਦੇ ਡੱਬਿਆਂ 'ਤੇ, ਫਿਰ ਉਹਦੀ ਜਿਹੜੀ ਦੁਕਾਨ ਆ ਉਹ ਆਪਾਂ ਸੀਲ ਕਰਾਂਗੇ, ਇੱਕ ਚਾਂਸ ਉਹਨੂੰ ਦੇਵਾਂਗੇ। ਠੀਕ ਹੈ ਨਾ, ਜੇ ਅਗਰ ਉਹਨੇ ਬਹੁਤ ਹੀ ਮਤਲਬ ਜ਼ਿਆਦਾ ਘਟੀਆ ਕੁਆਲਿਟੀ ਦੀ ਮਤਲਬ ਜਿਹ 'ਚ ਫੰਗਸ ਲੱਗੀ ਹੋਈ ਆ, ਇਹ ਆ ਉਹ ਆ ਜਾਂ ਐਕਸਪਾਇਰੀ ਡੇਟ ਲਿਖੀ ਕਿ ਉਹਨੇ ਮਤਲਬ ਘਾਟਾ ਲੱਗੀ ਹੋਈ ਆ ਫੰਗਸ ਉਹ 'ਚ, ਫਿਰ ਵੀ ਉਹਦਾ ਮਤਲਬ ਜਿਹੜਾ ਲਾਇਸੈਂਸ ਕੈਂਸਲ ਕਰਕੇ ਸੀਲ ਕਰਾਂਗੇ। ਇਹ ਗਾਈਡਲਾਈਨਾਂ ਆਪਾਂ ਇਸ਼ੂ ਕਰ ਦੇਣੀਆਂ, ਗਾਈਡਲਾਈਨਸ ਬਕਾਇਦਾ ਮਤਲਬ FSSAI ਜਿਹੜੀ ਅਥਾਰਟੀ ਹੈਗੀ ਨਾ ਸਾਡੀ, ਉਹਨਾਂ ਨੇ ਇਹ ਗਾਈਡਲਾਈਨ ਦਿੱਤੀਆਂ ਹੋਈਆਂ, ਤੁਸੀਂ ਗੂਗਲ 'ਤੇ ਜਾ ਕੇ ਤਾਂ ਤੁਹਾਨੂੰ ਸਾਰੀਆਂ ਗਾਈਡਲਾਈਨਸ ਮਿਲ ਜਾਣਗੀਆਂ। ਤਾਂ ਵਾਕਿਆ 'ਚ ਹੀ ਲੋਕਾਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਇਹ ਵੱਡਾ ਕਦਮ ਚੁੱਕਿਆ ਗਿਆ ਤੇ ਬਿਨਾਂ ਸ਼ੱਕ ਵਿਭਾਗ ਦਾ ਇਹ ਉਦਮ ਸ਼ਲਾਘਾਯੋਗ ਹੈ। ਬਿਊਰੋ ਰਿਪੋਰਟ, PTC ਨਿਊਜ਼।